ਜਸਵੰਤ ਸਿੰਘ ਕਵਲਜੀ ਦੁਆਰਾ ਲਿਖਿਆ ਨਾਵਲ ਪੁਰਨਮਾਸ਼ੀ ਭਾਗ 14 ਗੋਰੇ ਰੰਗ ਤੋਂ ਬਦਲ ਗਿਆ ਕਾਲਾ ਕੀ ਗਮ ਖਾ ਗਿਆ ਮਿੱਤਰਾ ਹਾੜ ਦਾ ਪਹਿਲਾ ਪੱਖ ਸੀ ਰੁੱਖੇ ਵਾਹਣਾ ਵਿੱਚੋਂ ਬਰੋਲੇ ਘੁੰਮਰੀਆਂ ਪਾਪਾ ਉੱਡ ਰਹੇ ਸਨ ਗਲੀਆਂ ਵਿੱਚ ਧੁੱਪ ਦੇ ਸੇਕ ਨਾਲ ਸਾੜ ਉੱਭਰ ਰਿਹਾ ਸੀ ਰਾਤ ਨੂੰ ਵੱਟ ਹੁੰਦਾ ਜਹ ਹਨੇਰੀ ਆਉਂਦੀ ਕੋਠਿਆਂ ਤੇ ਚਬਾਰਿਆਂ ਤੋਂ ਵੀ ਉੱਚੀ ਉੱਚੀ ਗਰਦਨੇ ਚਾਨਣੀ ਦਾ ਮੂੰਹ ਢੂੜਿਆ ਹੋਇਆ ਸੀ ਜ਼ਿੰਦਗੀ ਬੁੱਲ ਸੁੱਕੇ ਉਦਾਸੀ ਨੋਚਿਆ ਚਿਹਰਾ ਤੇ ਵੀਰਾਨ ਖੁਸ਼ਕੀ ਵਿੱਚ ਉਜੜੀ ਉਜੜੀ ਜਾਪ ਰਹੀ ਸੀ ਖੇਤਾਂ 'ਚ ਹਰਿਆਵਲ ਦਾ ਦੂਰ ਤੱਕ ਕੋਈ ਨਿਸ਼ਾਨ ਨਹੀਂ ਸੀ ਲੱਭਦਾ ਵਟਾਂ ਦਾ ਖੱਬਲ ਵੀ ਸੁੱਕ ਸੜ ਰਿਹਾ ਸੀ ਤੇਜ਼ ਤੇ ਗਰਮੀ ਨੇ ਛੱਪੜਾਂ ਦਾ ਪਾਣੀ ਚੂਸ ਲਿਆ ਤੇ ਉਹਨਾਂ ਦੇ ਤਲੇ ਸੜਕਾਂ ਤੇ ਤਰੇੜਾਂ ਛੱਡ ਗਏ ਅੰਬਰਾਂ ਦੀ ਅੱਖੋਂ ਇੱਕ ਕਣੀ ਨਹੀਂ ਸੀ ਡਿੱਗੀ ਤੇ ਸਮੁੱਚਾ ਮਾਹੌਲ ਹਿਜਰ ਦੇ ਆਏ ਆਸ਼ਿਕਾਂ ਵਾਂਗ ਹੀ ਕਸੜ ਰਿਹਾ ਸੀ ਸਮਾਜ ਦੀ ਨਿਰਦਇਤਾ ਨਾਲ ਰੱਬ ਦਾ ਕਹਿਰ ਵੀ ਵਧਿਆ ਹੋਇਆ ਸੀ ਪੰਛੀਆਂ ਦੀਆਂ ਡਾਰਾਂ ਪਾਣੀ ਦੀ ਭਾਲ ਵਿੱਚ ਪਟਕ ਰਹੀਆਂ ਸਨ ਇਹ ਕਹਿਰ ਜ਼ਿੰਦਗੀ ਦੇ ਰਾਣੇ ਮਨੁੱਖ ਤੋਂ ਲੈ ਕੇ ਪਸ਼ੂ ਪੰਛੀਆਂ ਤੇ ਬ੍ਰਿਖ ਬੂਟਿਆਂ ਸਾਰਿਆਂ ਉੱਤੇ ਹੀ ਛਾਇਆ ਹੋਇਆ ਸੀ ਦਿਆਲਾ ਅੰਦਰੋਂ ਬਾਹਰੋਂ ਪਰੇਸ਼ਾਨੀਆਂ ਖਾਦਾ ਰੂਪ ਕੋਲ ਜਾ ਰਿਹਾ ਸੀ ਆਪਣਾ ਦੁੱਖ ਹੌਲਾ ਕਰਨ ਲਈ ਤੇ ਉਸਨੇ ਗਮ ਪਾਰਾ ਕਰਨ ਵਾਸਤੇ ਖੁਸ਼ੀ ਮਨੁੱਖ ਨੂੰ ਜੀਰਾਂ ਤੇ ਯਾਰੀਆਂ ਪਾਉਣ ਲਈ ਮੌਕਾ ਦਿੰਦੀ ਹੈ ਤੇ ਗਮ ਪ੍ਰੀਤ ਨੂੰ ਨਿਭਾਉਣ ਲਈ ਵਫਾ ਦਿੰਦਾ ਹੈ। ਦਿਆਲਾ ਆਪਣੇ ਸਿਕਰੀ ਆਏ ਜ਼ਖਮ ਨੂੰ ਰੂਪ ਦੇ ਸਜਰੇ ਫਟ ਨਾਲ ਜੋੜ ਕੇ ਪੀੜ ਸਾਂਝੀ ਕਰਨਾ ਚਾਹੁੰਦਾ ਸੀ। ਦੋ ਪੀੜਾਂ ਮਿਲ ਕੇ ਵਿਰਾਗ ਨੂੰ ਜਨਮ ਦਿੰਦੀਆਂ ਹਨ ਅਤੇ ਹੌਲਾ ਹੋ ਕੇ ਦਿਲ ਅਮਾ ਦੀ ਵਿਸ਼ਾਲਤਾ ਵਿੱਚ ਮੁੜ ਆਪਣੀ ਮੰਜ਼ਲ ਨੂੰ ਲੱਭਣਾ ਸ਼ੁਰੂ ਕਰ ਦਿੰਦਾ ਹੈ। ਦੇ ਅਲਾਜ ਰੂਪ ਨੂੰ ਦੱਸ ਦੇਣਾ ਚਾਹੁੰਦਾ ਸੀ ਕਿ ਉਸ ਦੀ ਚੰਨੋ ਵੀ ਮੰਗ ਦਿੱਤੀ ਮੇਰੀ ਕਿਸਮਤ ਧੁਰੋਂ ਖੋਟੀ ਸੀ ਪਲਾ ਪਿੰਡ ਦੇ ਮੁੰਡੇ ਨੂੰ ਕੋਈ ਕਦੋਂ ਕੁੜੀ ਵਿਆਹਦਾ ਪਰ ਰੂਪ ਨਾਲ ਸਾਰੀ ਗੱਲ ਮਿੰਗ ਥਿਣ ਕੇ ਉਸ ਤੇ ਠੂਠੇ ਵਾਂਗ ਵੱਜੀ ਸੀ ਰੂਪ ਤੇ ਚੰਨੋ ਦੀ ਜੋੜੀ ਬਣ ਜਾਣ ਨਾਲ ਉਸ ਤੇ ਆਪਣੇ ਜ਼ਖਮ ਉੱਤੇ ਅੰਗੂਰ ਆ ਜਾਣਾ ਸੀ ਉਹਨਾਂ ਦੇ ਜੀਵਨ ਆਨੰਦ ਵਿੱਚੋਂ ਉਸਨੇ ਵੀ ਖੁਸ਼ੀ ਉਧਾਰ ਲੈ ਲੈਣੀ ਸੀ ਜਿਸ ਦੀ ਸੰਭਾਵਨਾ ਖਤਮ ਹੋ ਗਈ ਉਸਤੇ ਦਿਵਾਲੇ ਵਾਵਰੋਲੇ ਘੁੰਮ ਰਹੇ ਸਨ ਜਿਨ੍ਹਾਂ ਵਿੱਚ ਧੂੜ ਅੱਕਾਂ ਦੇ ਖੁਸ਼ਕ ਪੱਤੇ ਤੇ ਸੁੱਕੀ ਕੰਡਿਆਲੀ ਉੱਡ ਰਹੇ ਸਨ ਕਦੇ-ਕਦੇ ਕੰਡਿਆਲੀ ਉਸਦੇ ਚਾਦਰੇ 'ਚ ਆ ਅੜਦੀ ਜਿਸ ਨਾਲ ਉਸ ਦੀਆਂ ਕਈ ਥਾਵਾਂ ਤੋਂ ਲੱਤਾਂ ਛਰੀਟੀਆਂ ਗਈਆਂ ਉਸਦੇ ਦਿਲ ਦਿਮਾਗ ਵਿੱਚ ਵੀ ਵਿਰੋਲੇ ਉੱਠ ਰਹੇ ਸਨ ਗੁੱਸੇ ਤੇ ਨਫ਼ਰਤ ਭਰੇ ਉਹ ਬੇਮੰਜ਼ਲ ਰਾਹੀ ਵਾਂਗ ਭੋਂਦਾ ਜਾ ਰਿਹਾ ਸੀ ਇਸ ਤੋਂ ਪਹਿਲਾਂ ਉਹ ਕਿੰਨੇ ਹੀ ਚਾਹ ਤੇ ਉਤਸ਼ਾਹ ਨਾਲ ਰੂਪ ਦਾ ਦਿਲ ਟੁੱਟ ਜਾਏਗਾ ਪਿਆਰ ਤੋਂ ਵਿਛੜ ਕੇ ਪਲਾ ਪ੍ਰੇਮੀ ਜਿਉਂਦਾ ਕਿਵੇਂ ਰਹਿ ਸਕਦਾ ਹੈ ਜਦੋਂ ਦਿਆਲੇ ਰੂਪ ਨੂੰ ਮਿਲਿਆ یوں ਪ੍ਰਤੀਤ ਹੁੰਦਾ ਸੀ ਜਿਵੇਂ ਉਦਾਸੀ ਤੇ ਖੇੜੇ ਦੀ ਟੱਕਰ ਹੋ ਗਈ ਦਿਆਲੇ ਦੇ ਬੁੱਲ ਮਿੱਟੇ ਹੋਏ ਸਨ ਪਰ ਉਸ ਦੀਆਂ ਨਿਰਾਸ਼ ਅੱਖਾਂ ਕਹਿ ਰਹੀਆਂ ਸਨ ਤੂੰ ਵੀ ਪਟਿਆ ਗਿਆ ਕਿਸੇ ਵੈਰੀ ਲਾਹੌਰ ਦਾ ਤਖਤ ਮੰਨ ਲਿਆ ਬਸ ਬਾਜੀ ਤਾਂ ਬੀਤ ਗਈ ਦਿਆਲੇ ਨੇ ਮੰਜੇ ਤੇ ਬੈੰਦੇਆਂ ਜੁੱਤੀ ਨੂੰ ਉਲਟਾ ਕੇ ਛਾੜਿਆ ਹੈ ਹੈਰਾਨੀ ਚ ਰੂਪ ਦੇ ਮੂੰਹੋਂ ਸੁਭਾਵਕ ਨਿਕਲ ਗਿਆ ਉੱਡ ਕੇ ਕਬੂਤਰ ਚੀਨੇ ਕੁਝ ਦੱਸੇ ਵੀ ਚੰਨੋ ਮੰਗਤੀ ਸੱਚੀ ਜਿਵੇਂ ਦਿਆਲੇ ਨੇ ਝੂਠ ਆਖਿਆ ਸੀ ਕਿੱਥੇ ਰੂਪ ਨੇ ਚਾਟੀ ਫੇਰ ਕਿਹਾ ਬੁੱਟਰ ਇਹ ਕੀ ਹੋ ਗਿਆ ਰੂਪ ਸੋਚ ਰਿਹਾ ਸੀ ਕਰਤਾਰਾ ਮੇਰੇ ਨਾਲ ਪੱਕੀ ਕਰਕੇ ਗਿਆ ਸੀ ਉਸਨੇ ਥਾਣੇ ਵੀ ਮਿਲਣ ਆਇਆ ਸੀ ਜੇ ਕੋਈ ਗੱਲ ਹੁੰਦੀ ਤਾਂ ਮੈਂ ਥੋਂ ਪੁੱਛਦਾ ਉਹਦਾ ਸਿਰ ਭੋਂ ਰਿਹਾ ਸੀ ਜਿਵੇਂ ਹੋਣੀ ਦੇ ਥੱਪੜ ਨੇ ਉਸਦੇ ਹੋਸ਼ ਗੁੰਮ ਕਰ ਦਿੱਤੇ ਹੋਣ ਉਹਨੇ ਅੱਧਾ ਹੋ ਕਾ ਅੰਦਰੋਂ ਪੀਂਦਿਆਂ ਪੁੱਛਿਆ ਮੈਨੂੰ ਪੂਰੀ ਗੱਲ ਦੱਸ ਕਿਵੇਂ ਹੋਈ ਉਰੀ ਗੱਲ ਦਾ ਤਾਂ ਪਤਾ ਨਹੀਂ ਸ਼ਾਮੋ ਤੋਂ ਐਨੀ ਕੋਈ ਸੁਣੀ ਐ ਜਿਸ ਦਿਨ ਕਰਤਾਰਾ ਥਾਣੇ ਚ ਮੁਲਾਕਾਤ ਕਰਕੇ ਗਿਆ ਉਸ ਤੋਂ ਅਗਲੇ ਦਿਨ ਘਰੋਂ ਨਿਕਲ ਗਿਆ ਤੇ ਆਪਣੇ ਮਾਮੇ ਨੂੰ ਨਾਲ ਲੈ ਕੇ ਸਾਖ ਲੱਭਦਾ ਰਿਹਾ ਜਿੰਨਾ ਚਿਰ ਸਾਖ ਕਿਤੇ ਹੋਰ ਨਹੀਂ ਹੋ ਗਿਆ ਬਸ ਓਨਾ ਚਿਰ ਘਰ ਨਹੀਂ ਮੁੜਿਆ ਕਣਸੋ ਮਿਲੀ ਸੀ ਉਹਨੂੰ ਤੇਰੀ ਚੰਨੋ ਦੀ ਮੁਹੱਬਤ ਦਾ ਪਤਾ ਲੱਗ ਗਿਆ ਐਨੀ ਗੱਲ ਤੋਂ ਹੀ ਗੁੱਸਾ ਖਾ ਕੇ ਘਰੋਂ ਨਿਕਲ ਗਿਆ ਹੂੰ ਉੱਬਰਦੀ ਜਾ ਰਹੀ ਹਿੱਕ ਨੂੰ ਇੱਕ ਵਾਰੀ ਹੋਮ ਕੇ ਝਟਾਲਦਿਆਂ ਰੂਪ ਨੇ ਹੰਗਾਰਾ ਭਰਿਆ ਰੂਪ ਕਿੰਨਾ ਹੀ ਚਿਰ ਕੁਝ ਸੋਚਦਾ ਰਿਹਾ ਉਸ ਦੀ ਉੱਕੀ ਸਮਝ ਨਹੀਂ ਸੀ ਆ ਰਹੀ ਫਿਰ ਉਹ ਗੁੱਸੇ ਚ ਕੰਬ ਰਿਹਾ ਸੀ ਉਸ ਦਾ ਬਦਲਾ ਲਊ ਰੋਜ਼ ਸਾਰੇ ਸਮਾਜ ਨੂੰ ਪਾੜ ਸੁੱਟਣਾ ਚਾਹੁੰਦਾ ਸੀ ਫਿਰ ਉਹ ਸੋਚਣ ਲੱਗ ਪਿਆ یوں ਵੀ ਹੋ ਜਾਂਦਾ ਹੈ ਗੱਲ ਪੱਕੀ ਕਰਕੇ ਵੀ ਕੋਈ ਮੁੱਕਰ ਜਾਂਦਾ ਹੈ ਮੇਰੀ ਮੁਹੱਬਤ ਨੂੰ ਕਿਸਮਤ ਇੱਕ ਠੋਕਰ ਨੇ ਬਾਹਰ ਆ ਜਾਣ ਤੋਂ ਪਹਿਲਾਂ ਹੀ ਤੀਲਾਂ ਦੇ ਆਲਣੇ ਵਾਂਗ ਖੇਰੂ-ਖੇਰੂ ਕਰਤਾ ਖੁਸ਼ਕ ਪੁਲਾੜ ਵਿੱਚ ਉਸ ਦਾ ਆਪਣਾ ਖੜਪੜਾਉਂਦੇ ਪੱਤਰਾਂ ਵਾਂਗ ਇਧਰੋਂ ਉਧਰ ਉੱਡਿਆ ਫਿਰਦਾ ਜਾਪਦਾ ਸੀ ਜਗੀਰ ਕੋਲ ਬੋਤਲ ਲੈ ਕੇ ਆ ਗਿਆ ਅੱਜ ਪਿੰਡ ਦਾ ਦਿਨੇ ਰੂਪ ਆਪਣੇ ਸ਼ਬਦਾਂ ਚ ਰੋਂਦਾ ਜਾਪ ਰਿਹਾ ਸੀ ਕੁਝ ਹੀ ਮਿੰਟਾਂ ਚ ਉਸਦੇ ਚਿਹਰੇ ਦੀ ਆਬ ਉੱਡ ਗਈ ਕਿਉਂ ਸੁਖੇ ਜਗੀਰ ਨੇ ਦੋਹਾਂ ਨੂੰ ਉਦਾਸ ਤੇ ਚੁੱਪ ਦੇਖ ਕੇ ਕਿਹਾ ਚੰਨੋ ਮੰਗ ਦਿੱਤੀ ਦਿਆਲੇ ਨੇ ਜਗੀਰ ਨੂੰ ਦੱਸਿਆ ਮੰਗਤੀ ਜਗੀਰ ਨੇ ਅਨਹੋਣੀ ਸਮਝ ਕੇ ਹੈਰਾਨੀ ਮਹਿਸੂਸ ਕੀਤੀ ਤੇ ਕਰਤਾਰਾ ਤਾਂ ਉਧੜਾ ਆਖਦਾ ਸੀ ਭੂਆ ਦੋ-ਚੋਂ ਦਿਨਾਂ ਤੱਕ ਰੁਪਈਆ ਲੈ ਆਉਗੀ ਉਹ ਗੁੱਸੇ ਨਾਲ ਭੱਕ ਰਿਹਾ ਸੀ ਚਲੋ ਜੋ ਕਿਸਮਤ ਇਹ ਗੱਲ ਸਿਰੇ ਨਹੀਂ ਚੜਨੀ ਸੀ ਰੂਪ ਨੇ ਜ਼ਿੰਦਗੀ ਦੀ ਹਾਰ ਚੰਡਾਲ ਹੁੰਦਿਆਂ ਆਖਿਆ ਉਸ ਦੀ ਰੂਹ ਕਤਲ ਹੋ ਗਈ ਤੇ ਉਸ ਦਾ ਅੰਦਰ ਜ਼ਖਮੀ ਹੋ ਗਿਆ ਜਗੀਰ ਨੇ ਹੌਸਲਾ ਦੰਦਿਆਂ ਕਿਹਾ ਉਹ ਕੋਈ ਫਿਕਰ ਨਾ ਕਰ ਤੂੰ ਸਾਕਾਂ ਦਾ ਘਟ ਹੈ ਮੈਨੂੰ ਜਾ ਲੈਣ ਦੇ ਸੋਰੀ ਸਾਖ ਤਾਂ ਹੋ ਜੂ ਪਰ ਉਹ ਗੱਲ ਨਹੀਂ ਮੰਨੀ ਭਾਵੇਂ ਮੁੜ ਕੇ ਜੰਮ ਪਈਏ ਉਹ ਆਪਣੇ ਖਿਆਲਾਂ 'ਚ ਜਾ ਕੇ ਚੰਨੋ ਤੋਂ ਪੁੱਛਣ ਲੱਗਾ ਦੱਸ ਹੁਣ ਕਿਵੇਂ ਬੜੇਗੀ ਹੁਣ ਚੋਰਾ ਕੀਤੇ ਆ ਕੁਛ ਨਹੀਂ ਬਣਨਾ ਫੜੋ ਪੀਓ ਉਹਨਾਂ ਨੇ ਪੀਣੀ ਸ਼ੁਰੂ ਕਰ ਦਿੱਤੀ ਤੇ ਰੂਪ ਨੂੰ ਪੂਰਾ ਸਵਾਦ ਨਹੀਂ ਸੀ ਆ ਰਿਹਾ ਉਹ ਮਾਰੀ ਦਾ ਅੱਕ ਚੱਬ ਰਿਹਾ ਸੀ ਨਿਗਰਦੇ ਜਾ ਰਹੇ ਦਿਲ ਨਾਲ ਉਸਨੇ ਸੋਚਿਆ ਕੀ ਹੋਣਾ ਸੀ ਕਿ ਰੰਗ ਸੰਗ ਵੱਜਣੇ ਸਨ ਪਰ ਜੇ ਚੰਨਾ ਅੱਜ ਵੀ ਜਿਗਰਾ ਕਰੇ ਤਾਂ ਵੀ ਸਭ ਕੁਝ ਹੋ ਸਕਦਾ ਹੈ ਵਿਆਹ ਨਹੀਂ ਉੰਝ ਹੀ ਸਹੀ ਉਹਨੇ ਪੈਗ ਪਿੰਦਿਆਂ ਦਿਆਲੇ ਨੂੰ ਥੋੜੇ ਜੋਸ਼ 'ਚ ਕਿਹਾ ਅੱਛਾ ਦੋਸਤਾਂ ਇੱਕ ਵਾਰੀ ਮਾਰਾਂਗੇ ਜੋਰ ਬਨ ਕੇ ਅੱਗੇ ਡੋਰਾ ਮਾਲਕ ਦੇ ਹੱਥ ਉਂਜੀ ਹਾਂ ਜੇ ਚੰਨੋ ਮੰਨ ਗਈ ਕੋਈ ਵੱਡੀ ਗੱਲ ਨਹੀਂ ਜੇ ਆਪਣੀ ਗੱਲ ਤੇ ਅੜ ਕੇ ਜ਼ਿੱਦ ਪਗਾ ਜਵੇ ਟੀਵੀ ਦਾ ਐਡਾ ਜੇਰਾ ਕਿੱਥੇ ਉਹ ਕਿਤੇ ਸਾਇਬਾ ਹੈ ਜਾਗੀਰ ਨੇ ਬੋਤਲ ਦਾ ਮੂੰਹ ਕਾਂਗ ਨਾਲ ਬੰਦ ਕਰਦੇ ਆਂ ਆਖਿਆ ਪਰ ਕੀ ਕਹਿ ਸਕਦੇ ਆ ਜੇ ਚਿੱਤ ਫੁਸਕਾਵੇ ਮਰ ਜਾਣੀ ਪਿਆਰ ਦੀ ਕਰਦੀ ਵੀ ਬਹੁਤ ਹੈ ਪਰ ਕਰਮਾਂ ਨੇ ਢਾਤੀ ਦੇਖੀ ਜਾਊਗੀ ਜਿਵੇਂ ਹੋਊਗੀ ਹੁਣ ਵਜਾਂਗੇ ਸਿੱਧੇ ਤੂੰ ਵਿਆਲਿਆ ਸ਼ਾਮੋ ਰਹੀਂ ਸੁਨੇਹਾ ਕੱਲ ਚੰਨ ਨੂੰ ਮੈਂ ਪਲਕੀ ਫਰਮਾਹਾਂ ਵਾਲੇ ਖੂ ਤੇ ਆਊਂਗਾ ਸੂਰਜ ਛਿਪ ਜਾਣ ਪਿੱਛੋਂ ਜਿੱਥੇ ਆਪਾਂ ਪਹਿਲੀ ਵਾਰ ਮਿਲੇ ਸੀ ਆਖੀ ਬਾਹਰ ਦੇ ਪੱਜ ਕੱਲੀ ਆਵੇ ਰੂਪ ਨੂੰ ਹੁਣ ਨਸ਼ਾ ਤੇਜ ਹੋ ਗਿਆ ਲੱਗਦਾ ਸੀ ਆਪਣੀ ਪਿਆਰ ਆਸ਼ਾ ਨੂੰ ਜਿੱਤਣ ਲਈ ਜੇ ਮਾਹੌਲ ਮਨੁੱਖ ਦਾ ਪੂਰਨ ਸਾਥ ਨਾ ਦੇਵੇ ਤਾਂ ਉਸ ਦੇ ਅੰਦਰਲੇ ਭਾਵ ਬਗਾਵਤ ਵਿੱਚ ਬਦਲ ਜਾਂਦੇ ਹਨ ਇਹ ਪ੍ਰਤੀਕਰਮ ਕੁਦਰਤੀ ਹੁੰਦੇ ਹਨ ਪਰ ਸਮਾਜ ਸਮਾਮੀ ਅਜਿਹੇ ਪ੍ਰਤੀਕੂਲ ਕਾਰਜਾਂ ਨੂੰ ਬਦਮਾਸ਼ੀ ਕਹਿ ਕੇ ਪੁਕਾਰਦੇ ਹਨ ਜ਼ਿੰਦਗੀ ਦੀ ਪਾਲ ਵਿੱਚ ਕਲਪਨਾਵਾਂ ਤੇ ਉਹਨਾਂ ਦੇ ਕਰਮ ਸਦਾ ਅੱਗੇ ਤੋਂ ਅਗੇਰੇ ਵਧਦੇ ਰਹਿੰਦੇ ਹਨ ਪਾਣੀ ਨੂੰ ਨੀਵੇਂ ਪਾਸੇ ਵਹਿਣਾ ਕੋਈ ਨਹੀਂ ਸਿਖਾਉਂਦਾ ਫਿਤਰਤ ਆਪ ਜ਼ਿੰਦਗੀ ਦੀ ਗੁਰੂ ਹੈ ਉਸ ਦੇ ਸੁਭਾਅ ਤੇ ਅਮਲ ਵਿੱਚ ਕਿਸੇ ਤਰ੍ਹਾਂ ਦੀ ਅਦਲਾ ਬਦਲੀ ਦੀ ਸੰਭਾਵਨਾ ਨਹੀਂ ਰੂਪ ਦੀਆਂ ਕਾਰ ਕਾਮਨਾਵਾਂ ਦੀ ਸਮਾਜ ਨਾਲ ਸਿੱਧੀ ਟੱਕਰ ਹੋ ਗਈ ਆਪਣੀ ਪ੍ਰਾਪਤੀ ਲਈ ਉਸਨੇ ਵਿਰਲਾ ਲੱਭਣੀਆਂ ਸ਼ੁਰੂ ਕਰ ਦਿੱਤੀਆਂ ਜਿਨ੍ਹਾਂ ਵਿੱਚ ਦੀਸ ਤਰੀਕਿਆਂ ਪਟਕਦੀ ਪਿਆਰ ਰੁਚੀਆਂ ਜ਼ਿੰਦਗੀ ਨਾਲ ਹੇਲ ਮੇਲ ਹੋ ਕੇ ਤ੍ਰਿਪਤ ਹੋ ਸਕਦੀਆਂ ਉਹਨਾਂ ਦੇ ਪੀਂਦਿਆਂ ਹੀ ਅਰਜਨ ਆ ਗਿਆ ਪਹਿਲਾਂ ਉਹ ਸ਼ਰਾਬੀ ਸੀ ਤੇ ਅੱਧੀ ਬੋਤਲ ਉਹ ਚਾਦਰੇ ਦੇ ਡੱਬ 'ਚ ਟੰਗੀ ਹੋਈ ਸੀ ਤੁਸੀਂ ਚੋਰੀ ਪੀਨੇ ਹੋ ਚੋਰੀ ਉਹਨੇ ਆਉਂਦਿਆਂ ਹੀ ਅੱਧੀ ਬੋਤਲ ਵਿਚਾਲੇ ਰੱਖਤੀ ਉਸ ਹਾਲਿਆ ਪੀਕੇ ਤੂੰ ਖੈਰ ਜੋ ਕਰਦਾ ਜਗੀਰ ਨੇ ਉਹਦੀ ਬੋਤਲ ਹਲਾ ਕੇ ਨਸ਼ਾ ਚੰਗਾ ਮਾੜਾ ਪਰਖਦਿਆਂ ਉੱਤਰ ਦਿੱਤਾ ਅਰਜਨ ਨੇ ਦਿਆਲੇ ਵੱਲ ਮੂੰਹ ਕਰਕੇ ਰੜਕ ਨਾਲ ਆਖਿਆ ਸੁਣਿਆ ਬਾਈ ਤੇਰੀ ਹੀਰ ਖੇੜੇ ਵਾਕੇ ਲਗੇ ਆਹੋ ਬਾਈ ਦਿਆਲਾ ਛੇਪਰ ਦਾ ਥੋੜਾ ਮੁਸਕਰਾ ਪਿਆ ਲੈ ਹੁਣ ਮੂਲੀਆਂ ਤੇ ਡਾਂਗਾ ਨਾ ਖਾਈ ਜੇ ਲਿਆਉਣੀ ਹੋਈ ਤਨਜੱਟ ਨੂੰ ਯਾਦ ਕਰੀ ਰੂਪ ਨੇ ਅੱਖ ਦਬ ਦਿੱਤੀ ਤੇ ਸਾਰਿਆਂ ਨੂੰ ਇਸ ਕੋਲ ਕੋਈ ਵੀ ਗੱਲ ਨਹੀਂ ਕਰਨੀ ਇਹ ਨਿਹਰਾ ਪੜਤੂ ਹੈ ਇਧਰ ਉਧਰ ਦੀਆਂ ਗੱਲਾਂ ਅਸਲੀਅਤ 'ਚ ਲੁਕਾ ਲਿਆ ਰੋਟੀ ਖਾਂਦਿਆਂ ਸਾਰੀ ਉਹਨਾਂ ਨੂੰ ਨੀਂਦ ਆ ਗਈ ਤੇ ਨਸ਼ੇ ਦਾ ਜ਼ੋਰ ਪੈ ਗਿਆ ਉਹ ਸਾਰੇ ਦਲਾਨ ਚ ਸੋ ਗਏ ਪਰ ਰੂਪ ਨੂੰ ਸ਼ਰਾਬੀ ਹੋਣ ਦੇ ਬਾਵਜੂਦ ਵੀ ਪਿਆਰ ਦੀ ਤੋੜ ਲੱਗ ਰਹੀ ਸੀ ਉਸੇ ਸ਼ਾਮ ਨੂੰ ਰੂਪ ਨੇ ਦਿਆਲੇ ਨੂੰ ਕਪੂਰਿਆਂ ਤੋੜ ਦਿੱਤਾ ਜਦ ਉਸ ਨੂੰ ਛੱਡ ਕੇ ਆ ਰਿਹਾ ਸੀ ਉਹ ਦ ਚੰਨੋ ਬਾਰੇ ਹੀ ਸੋਚ ਰਿਹਾ ਸੀ ਚੰਨੋ ਜਿਹਦੇ ਨਾਲ ਤੁਰਨਾ ਮੰਨ ਗਈ ਤਾਂ ਪਉ 12 ਹੀ ਹੋ ਜਾਣਗੇ ਇਸ ਕੰਮ ਦੇ ਸਿੱਟੇ ਭੜੇ ਵੀ ਨਿਕਲ ਸਕਦੇ ਸਨ ਪਰ ਉਸਦੀ ਖਾਤਰ ਤਾਂ ਦੁਸ਼ਕ ਮੰਜ਼ੂਰ ਹੈ ਭਰੀਆਰਾ ਇਹ ਪਾਨੀ ਹੀ ਨੇ ਮਾਰੀ ਕਰਤਾਰਾ ਥਾਣੇ ਜਿਉਣੇ ਦੀ ਗੱਲ ੜਕਾਉਂਦਾ ਸੀ ਉਸ ਸਾਲੇ ਦੀ ਸ਼ਰਾਰਤ ਹੈ ਹੋਰ ਲੱਗਦੇ ਬੂਟਿਆਂ ਦੀ ਜੜਾਂ 'ਚ ਕੌਣ ਤੇਲ ਪਾਉਂਦਾ ਹੈ ਲੈ ਇਹੀ ਬਹਾਂ ਮੰਗਣੇ ਪਾਉਂਦੇ ਆ ਪਿੰਡ ਵੜਦਿਆਂ ਖਿਆਲਾਂ ਤੇ ਅਮਲਾਂ ਦੀ ਉਲਝੀ ਤਾਣੀ ਵਿੱਚ ਉਸ ਨੂੰ ਗਿਆਨੀ ਯਾਦ ਆ ਗਿਆ ਕਿਉਂ ਨਾ ਸਿਆਣੇ ਮਿੱਤਰ ਦੀ ਸਲਾਹ ਲੈ ਲਈਏ ਉਥੋਂ ਵੀ ਉਹ ਪਿੰਡ ਦੀ ਉਤਲੀ ਫਿਰਨੀ ਨੂੰ ਪੈ ਗਿਆ ਤੇ ਗਿਆਨੀ ਦੇ ਸਾਹਮਣੇ ਬੈਠ ਕੇ ਉਹਨੇ ਸਾਰਾ ਦੁੱਖ ਰੋਇਆ ਹਰਨ ਦਾ ਸੋਮੈ ਕੀ ਵੇਖਰਾ ਮਰਨੋਂ ਮਰ ਜੂਗਾ ਪਰ ਉਹ ਦਿਲ ਚੋਂ ਨਹੀਂ ਨਿਕਲਨੀ ਉਹ ਕਿਸੇ ਵੇਲੇ ਵੀ ਨਹੀਂ ਭੁੱਲਦੀ ਜੀਵਨ ਭੁੱਖੇ ਦਿਲਾਂ ਦੀਆਂ ਤ੍ਰਿਸ਼ਨਾਵਾਂ ਹੁਸਨ ਪਿਆਰ ਤੇ ਮੇਲ ਨੂੰ ਅਨੁਭਵ ਕਰਕੇ ਲਾਟੀ ਮੱਚ ਉੱਠਦੀਆਂ ਹਨ ਇੱਕ ਵਿਛੋੜਾ ਦੂਜੇ ਲਈ ਸਦੀਵੀ ਦਰਦ ਜ਼ਖਮ ਬਣ ਜਾਂਦਾ ਹੈ ਗਿਆਨੀ ਨੇ ਉਸ ਦੇ ਦਿਲ ਦੀ वेदना ਨੂੰ ਹਰ ਪਹਿਲੂ ਤੋਂ ਮਹਿਸੂਸ ਕਰਦਿਆਂ ਕਿਹਾ ਗੱਲ ਬੜੀ ਮਾੜੀ ਹੋਈ ਚੰਗਾ ਹੁੰਦਾ ਜੇ ਜੁਗ ਬਣ ਜਾਂਦਾ ਕਿਸੇ ਦਾ ਕੁਝ ਨਹੀਂ ਸੀ ਵਿਗੜਦਾ ਪਰ ਚੁੱਕ ਕੇ ਲਿਆਉਣ ਵਾਲੀ ਗੱਲ ਸਮਝਣ ਵਾਲੀ ਹੈ ਪਹਿਲੀ ਗੱਲ ਤਾਂ ਇਹ ਕਿ ਤੈਨੂੰ ਸਮਾਜ ਨੇ ساری ਉਮਰ ਮਾਫ ਨਹੀਂ ਕਰਨਾ ਤੇ ਉਸ ਤੋਂ ਉੱਤੇ ਤੇਰੇ ਸ਼ਰੀਕੇ ਕਬੀਲੇ ਨੇ ਆਖਣਾ ਕਿ ਨੱਕ ਵੱਡੀ ਉਦਲ ਕੇ ਆਈ ਏ ਨੀ ਤੂੰ ਵੀ ਗੱਲ ਕਰਨ ਨੂੰ ਮਰਦੀ ਏ ਸੇਹਰੀਆਂ ਨਾਲ ਵਿਆਹ ਹੀ ਲਿਆਂਦੀ ਏ ਇਸ ਲਈ ਧੱਕਾ ਕਰਨ ਦੀ ਥਾਂ ਇੱਕ ਵਾਰੀ ਉਹਦੇ ਭਾਈ ਨੂੰ ਦਲੀਲ ਨਾਲ ਜਿੱਤਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਸ਼ਾਇਦ ਮੰਨ ਜਾਏ ਉਹ ਕਿਹੜਾ ਪੜਿਆ ਲਿਖਿਆ ਨਾਲੇ ਜੱਟ ਕਦੇ ਅੜੀ ਨਹੀਂ ਛੱਡਦਾ ਸਾਡਾ ਸਮਾਜ ਹੀ ਫੁਕਣਾ ਜਿਹ ਹੈ ਪੈਣ ਅਤੇ ਧੀ ਦੇ ਮਾਮਲੇ 'ਚ ਕਿਸੇ ਦਾ ਚੰਗਾ ਦਖਲ ਬਰਦਾਸ਼ਤ ਨਹੀਂ ਕਰ ਸਕਦਾ ਖੈਰ ਤੋਂ ਅਜਿਹਾ ਅਵੈੜਾ ਕੰਮ ਹਲੇ ਨਾ ਕਰੀ ਮੈਂ ਆਪ ਕਰਤਾਰੇ ਨੂੰ ਮਿਲਾਂਗਾ ਤੁਸੀਂ ਗਿਆਨੀ ਜੀ ਪਾਣੀ 'ਚ ਮਧਾਣੀ ਵਾਲੀ ਗੱਲ ਕਰਦੇ ਹੋ ਕਈ ਵਾਰੀ ਮੂਰਖ ਦੀ ਵਾਹੀ ਡਾਂਗ ਵੀ ਕੰਮ ਕੱਢ ਜਾਂਦੀ ਹੈ ਗੱਲ ਤਾਂ ਤੇਰੀ ਠੀਕ ਹੈ ਕੋਈ ਛਾਰਾ ਨਾ ਰਹੇ ਉਦੋਂ ਅੰਨਾ ਤੱਕਾ ਵਰਤਣਾ ਚਾਹੀਦਾ ਹੈ ਕੀ ਕਹਿ ਸਕਦੇ ਆ ਕੰਮ ਬਣ ਵੀ ਜਾਵੇ ਤੇ ਵਿਗੜੇ ਵੀ ਨਾ ਫਿਰ ਜਿੰਨਾ ਚਿਰ ਤੁਰਨ ਵਾਲੀ ਪੂਰੀ ਹਾਮੀ ਨਾ ਭਰੇ ਉਹਨਾਂ ਜਿਹਦੇ ਖਿਆਲ ਦਿਲ ਚ ਲਿਆਉਣਾ ਵੀ ਨਹੀਂ ਚਾਹੀਦਾ ਉਸ ਦਾ ਤੁਸੀਂ ਫਿਕਰ ਨਾ ਕਰੋ ਮੈਂ ਭਲਕੇ ਪਤਾ ਲਿਆਵਾਂਗਾ ਨਾਲੇ ਜਿਉਣੇ ਦੇ ਅੱਜ ਹੱਡ ਤੱਤੇ ਜਰੂਰ ਕਰਨੇ ਆ ਨਾ ਨਾ ਭੁੱਲ ਕੇ ਵੀ ਨਾ ਕੁਝ ਗੜਬੜ ਕਰਿਓ ਜਿੰਨਾ ਚਿਰ ਗੱਲ ਦਾ ਇੱਕ ਸਿਰਾ ਨਾ ਹੋ ਜਾਏ ਉਹਨਾਂ ਚਿਰ ਵਿਰੋਧੀ ਨੂੰ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਾ ਮੌਕਾ ਨਹੀਂ ਦੇਣਾ ਚਾਹੀਦਾ ਗਿਆਨੀ ਨੇ ਰੂਪ ਨੂੰ ਹਰ ਤਰ੍ਹਾਂ ਸਾਊ ਬਣਨੇ ਲਈ ਵਿਯਬਦ ਕੀਤਾ ਰੂਪ ਗਿਆਨੀ ਦੀ ਸਿਆਣ ਦਾ ਕਾਇਲ ਹੋ ਚੁੱਕਾ ਹੈ ਪਰ ਉਹ ਉਸ ਦੇ ਅੰਦਰ ਮਿਲੀ ਨਫਰਤ ਦਾ ਧੂਆਂ ਉੱਠ ਰਿਆ ਸੀ ਜਿਹੜਾ ਉਸ ਦੇ ਗੋਰੇ ਨਿਚੋ ਸਿਓ ਵਰਗੇ ਰੰਗ ਨੂੰ ਹਰ ਪਲ ਕਾਲਾ ਕਰਦਾ ਜਾ ਰਿਹਾ ਸੀ ਉਹ ਗੁੱਸੇ ਵਿੱਚ ਹਿੱਕ ਫਲਾਉਂਦਾ ਮੁਰਸਾਂ ਠੇਲਾ ਛੱਡ ਕੇ ਨਸਲ ਹੋ ਜਾਂਦਾ ਜਿਵੇਂ ਆਪਣੀ ਹਾਰ ਗਈ ਬਾਜ਼ੀ ਨੂੰ ਦਿਲੋਂ ਚੰਗੀ ਤਰ੍ਹਾਂ ਮੰਨ ਚੁੱਕਾ ਸੀ ਉਹ ਘਰ ਨੂੰ ਸੋਚਦਾ ਜਾ ਰਿਹਾ ਸੀ ਇਸ ਫਾੜੀ ਸਮਾਜ ਵਿੱਚ ਮੁੰਡਾ ਪਾਵੇ ਇੱਕ ਛੱਡ ਗਈ ਕਈ ਮੰਗਣੇ ਕਰਾ ਲਵੇ ਪਰ ਇੱਕ ਕੁੜੀ ਸਾਕਰਨ ਪਿੱਛੋਂ ਪਰਤਿਆਇਆ ਨਹੀਂ ਜਾ ਸਕਦਾ ਹਾਂ ਲਾਲਚ ਵਸ ਪਾਵੇ ਕੁਝ ਹੋ ਜਾਵੇ ਪਰ ਕਰਤਾਰਾ ਵੈਲੀ ਹੈ ਤੇ ਇੱਕ ਵੈਲੀ ਆਪਣੀ ਭੈਣ ਦੇ ਪੈਸੇ ਲੈਣ ਨਾਲੋਂ ਡਾਕਾ ਮਾਰ ਲੈਣਾ ਚੰਗਾ ਸਮਝਦਾ ਹੈ ਅੱਧਾ ਦਿਨ ਸੋਚ ਕੇ ਉਸ ਨੂੰ ਉਹ ਤੋੜਦੀ ਰਹੀ ਵੱਧ ਰਹੀ ਰਾਤ ਡਾਇਣ ਨੂੰ ਔਖੀਆਂ ਸੁਖਾਲੀਆਂ ਬਤੌਣ ਲਈ ਹਾਲੇ ਉਹ ਵੇੜੇ 'ਚ ਮੰਝਾ ਡਾਰਿਆ ਸੀ ਕਿ ਮਰਾਸਣ ਦੀ ਕੰਦ ਤੋਂ ਬਚਨੋਂ ਨੇ ਸਿਰ ਉੱਚਾ ਕੀਤਾ ਰੂਪ ਉਸ ਨੂੰ ਵੇਖ ਕੇ ਅਸਲੋਂ ਸੜ ਗਿਆ ਉਸ ਦੇ ਚਾ ਅਸਲੋਂ ਮਰ ਗਏ ਉਸ ਨੂੰ ਆਪ ਪਤਾ ਨਹੀਂ ਸੀ ਕਿ ਬਚਨੋਂ ਨਾਲ ਦਿਨੋ ਦਿਨ ਕਿਉਂ ਨਫ਼ਰਤ ਹੁੰਦੀ ਜਾ ਰਹੀ ਹੈ ਅੰਦਰ ਤਕਲੀਫ ਅਨੁਭਵ ਕਰਨ ਉਪਰੰਤ ਉਹਨੇ ਅੱਗੇ ਵਧ ਕੇ ਬਚਨوں ਨੂੰ ਕੰਧ ਤੋਂ ਉਤਾਰ ਲਿਆ ਉਹ ਚੁੱਪਚਾਪ ਮੰਝੇ ਤੇ ਆ ਬੈਠਾ ਤੇ یوں ਜਾਪਦਾ ਸੀ ਜਿਵੇਂ ਉਸ ਦਾ ਅੰਗ-ਅੰਗ ਟੁੱਟ ਚੁੱਕਾ ਹੈ ਤੇ ਉਸ ਦੀ ਰੂਹ ਵੀ ਗਵਾਚ ਗਈ ਹੈ ਬਚਨوں ਨੇ ਉਸ ਦੇ ਚਿਹਰੇ ਦੀ ਲੰਮੀ ਜਹੀ ਚੁੱਪ ਤੋਂ ਕੁਝ ਸਮਝ ਲਿਆ ਉਹ ਉਸ ਤੋਂ ਛੇਤੀ ਸੁਣਨਾ ਚਾਹੁੰਦੀ ਸੀ ਕਿ ਕਪੂਰਿਆਂ ਤੋਂ ਸਾਖ ਵੱਲੋਂ ਜਵਾਬ ਆ ਗਿਆ ਹੈ ਅੱਜ ਕੌਣ ਮੁੰਡਾ ਆਇਆ ਸੀ ਇਹ ਅੱਗੇ ਵੀ ਇੱਕ ਵਾਰ ਆਇਆ ਸੀ ਰੂਪ ਨੇ ਕੋਈ ਜਵਾਬ ਨਾ ਦਿੱਤਾ ਉਹ ਸਮਝਦਾ ਸੀ ਕਿ ਇਹ ਬਕਵਾਸ ਕਰ ਰਹੀ ਹੈ ਕੀ ਗੱਲ ਬੋਲਦਾ ਨਹੀਂ ਹੂੰ ਰੂਪ ਨੇ ਉਸ ਵੱਲ ਮਾਮੂਲੀ ਤੱਕਿਆ ਉਹ ਸੋਚ ਰਿਹਾ ਸੀ ਕਿ ਇਹਨੂੰ ਕੀ ਅੱਖਾਂ ਵਿੱਚ ਪੱਟਿਆ ਗਿਆ ਸਰਦਾਰ ਜੀ ਬੋਲਦਾ ਨਹੀਂ ਬਚਨوں ਨੇ ਉਸਨੂੰ ਮੋਢਿਆਂ ਤੋਂ ਫੜ ਕੇ ਹਿਲਾਉਣਿਆ ਅੱਜ ਮੇਰਾ ਚਿੱਤ ਨਿਰਾਜੀ ਕਿਉਂ ਕੁਝ ਦੁੱਖਦਾ ਨਹੀਂ ਐਵੇਂ ਫਿਰ ਕਿਉਂ ਕਿਉਂ ਆਖਦਾ ਕਪੂਰਿਆਂ ਤੋਂ ਜਵਾਬ ਆ ਗਿਆ ਬਚਨوں ਨੇ ਬਰਾਬਰ ਬੈੰਦਿਆ ਕਿਹਾ ਕੋਈ ਨਹੀਂ ਸਾਖ ਹੋਰ ਹੋ ਜਾਊਗਾ ਤੈਨੂੰ ਕਿਨੂੰ ਦੱਸਿਆ ਰੂਪ ਦੀਆਂ ਅੱਖਾਂ 'ਚ ਨਫ਼ਰਤ ਇੱਕ ਵਾਰ ਫੇਰ ਗੁਸੈਲੀ ਹੋ ਚੁੱਕੀ ਸੀ ਕਿਸੇ ਨੇ ਦੱਸਿਆ ਹੋਵੇ ਤੂੰ ਤਾਂ ਨਹੀਂ ਨਾ ਦੱਸਿਆ ਇਹ ਗੱਲ ਹੀ ਕੀ ਐ ਜਿਹੜੀ ਮੈਂ ਤੈਨੂੰ ਲੋਕਾਂ ਨੂੰ ਦੱਸਦਾ ਫਿਰਾਂ ਬਈ ਮੇਰੇ ਨਾਲ ਜੱਗੂ ਤੇਰ ਵੀ ਹੋਈ ਐ ਨਹੀਂ ਤੂੰ ਚਿੱਤ ਦੀ ਗੱਲ ਅੱਗੇ ਕਿਹੜਾ ਦੱਸਦਾ ਹੁੰਨਾ ਚੰਗਾ ਨਹੀਂ ਦੱਸਦਾ ਤਾਂ ਨਾ ਸਹੀ ਮੈਂ ਤੇਰੇ ਨਾਲ ਲੜਦਾ ਨਹੀਂ ਪਰ ਮੈਂ ਤਾਂ ਲੜਨਾ ਉਸਨੇ ਬਹੁਤ ਲੋਰਿਆਂ ਨਾਲ ਰੂਪ ਦੇ ਗਲ ਬਾਹਾਂ ਬਾਦ ਦਿੱਤੀਆਂ ਬਚਨੋ ਰੂਪ ਨੇ ਇੱਕ ਵਾਰੀ ਬਾਹਾਂ ਤੋੜ ਦੇ ਆਖਿਆ ਬਸ ਤੂੰ ਜਾ ਆਹੋ ਗੁੱਸਾ ਜਿਉਣੇ ਦਾ ਕੱਢਦਾ ਮਾਤੜ ਤੇ ਬਚਨੋ ਰੂਪ ਵੱਲੋਂ ਹਾਲਾਚ ਸੱਚੀ ਲੈਣਾ ਚਾਹੁੰਦੀ ਸੀ ਇਸੇ ਲਈ ਉਹਨੇ ਜਿਉਣੇ ਦਾ ਨਾਂ ਲੈ ਕੇ ਰੂਪ ਦੇ ਗੁੱਸੇ ਦਾ ਸਾਰਾ ਧਿਆਨ ਉਹਦੇ ਵੱਲ ਮੋੜ ਦਿੱਤਾ ਹੋਰ ਵੀ ਜ਼ੋਰ ਲਾ ਲਏ ਜਿਨੇ ਲੋਣਾ ਬਚਨੋ ਦਾ ਇੱਕ ਪਲ ਦਿਲ ਧੜਕਿਆ ਚੋਰ ਨੂੰ ਸਦਾ ਆਪਣਾ ਪਾਲਾ ਮਾਰਦਾ ਉਸੇ ਤੇ ਚੰਗੀ ਤਰ੍ਹਾਂ ਸਮਝ ਲਿਆ ਕਿ ਰੂਪ ਅੱਜ ਉਸ ਨੂੰ ਸਿੱਧੇ ਮੂੰਹ ਗੱਲ ਨਹੀਂ ਕਰੇਗਾ ਉਸ ਰੂਪ ਨੂੰ ਪਰਚਾਉਣ ਲਈ ਆਖਰੀ ਯਤਨ ਕੀਤਾ ਪਰ ਉਹ ਬਰਫ਼ ਦੀ ਸਿੱਲ ਸੀ ਸੁਣਵੇਂ ਮੁੰਡਿਆ ਕੈਂਠੇ ਵਾਲਿਆ ਕੈਂਠਾ ਰੋਗਣ ਕੀਤਾ ਤੇਰੇ ਬੋਲਾਂ ਨੇ ਧੋਕੇ ਕਾਲਜਾ ਪੀਤਾ ਇਸ ਪਾਠ ਚ ਨਹੀਂ ਮਿਲਦੇ ਅਗਲੇ ਪਾਠ ਦੇ ਨਾਲ ਅਗਲੀ ਵੀਡੀਓ ਦੇ ਵਿੱਚ টিল ਦੈਨ ਟੇਕ ਕੇਅਰ